ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਨੇ ਇੱਕ ਰੀਸੈਂਟ ਸਰਵੇ ਵਿੱਚ ਦੱਸਿਆ ਹੈ ਕਿਸ ਕੰਟਰੀ ਤੋਂ ਕਿੰਨੇ ਪਰਸੈਂਟ ਵੀਜ਼ਾ ਲੱਗਦਾ ਹੈ ਅਤੇ ਇਸ ਵਿੱਚ ਇਹ ਵੀ ਦੱਸਿਆ ਵੀ ਇੰਡੀਆ ਤੋਂ ਕਿੰਨੇ ਵੀਜ਼ੇ ਲੱਗਦੇ ਆ। 2020 ਦੀ ਆਪਾਂ ਗੱਲ ਕਰੀਏ ਤਾਂ 2020 ਵਿੱਚ 60% ਇੰਡੀਆ ਤੋਂ ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਸੀ, ਯਾਨੀ ਕਿ 10 ਮਗਰ ਅਪਲਾਈ ਕਰਦੇ ਹਾਂ ਤਾਂ 6 ਵੀਜ਼ੇ ਗ੍ਰਾਂਟ ਹੁੰਦੇ ਸੀ। ਉਹੀ ਚੀਜ਼ 2021 ਵਿੱਚ ਡਾਊਨਫਾਲ ਚਲਿਆ ਗਿਆ, ਯਾਨੀ ਕਿ 48% ਰਹਿ ਗਿਆ, ਯਾਨੀ ਕਿ ਹਰ 10 ਵੀਜ਼ੇ ਮਗਰ 4 ਤੋਂ 5 ਵੀਜ਼ਿਆਂ ਦਾ ਸਕਸੈਸ ਰੇਟ ਰਿਹਾ। ਉਹੀ ਚੀਜ਼ ਅੱਜ 2022 'ਚ ਹੈ, 22 'ਚ ਉਹੀ ਸਕਸੈਸ ਰੇਟ 48% ਤੋਂ 56 ਤੱਕ ਪਹੁੰਚ ਚੁੱਕਿਆ ਹੈ, ਯਾਨੀ ਕਿ ਆਪਾਂ ਜੇ ਗੱਲ ਕਰੀਏ 48 ਤੋਂ 56, ਯਾਨੀ ਕਿ 8% ਦਾ ਵਾਧਾ ਹੋਇਆ ਪਿਛਲੇ ਸਾਲ ਨਾਲੋਂ, ਜੋ ਕਿ ਬਹੁਤ ਵਧੀਆ ਨਿਊਜ਼ ਹੈ ਆਪਣੇ ਪੰਜਾਬ ਲਈ, ਆਪਣੇ ਹਰਿਆਣਾ ਲਈ। ਅਗਰ ਤੁਸੀਂ ਵੀ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ, ਇਹ ਹੌਲੀ ਹੌਲੀ ਇਹ ਜੋ ਵਾਧਾ ਹੈ ਹੋ ਰਿਹਾ ਹੈ। ਕਿਸੇ ਵੀ ਗਲਤ ਕੰਸਲਟੈਂਟ ਦੇ ਚੱਕਰਾਂ ਵਿੱਚ ਇਹ ਨਾ ਸੁਣੋ ਵੀ ਕੈਨੇਡਾ ਨੇ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ, ਕੈਨੇਡਾ ਦਾ ਵੀਜ਼ਾ ਡਿਪਲੋਮੇ ਵਿੱਚ ਨਹੀਂ ਲੱਗਣਾ ਜਾਂ ਡਿਗਰੀਆਂ ਵਿੱਚ ਹੀ ਲੱਗਣਾ। ਅਜੇ ਵੀ ਡਿਪਲੋਮਿਆਂ ਵਿੱਚ ਵੀਜ਼ੇ ਲੱਗ ਰਹੇ ਆ। ਅਗਰ ਤੁਹਾਡੇ 6 ਈਚ ਬੈਂਡ ਨੇ, ਤੁਸੀਂ +2 ਕੀਤੀ ਆ ਜਾਂ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਜਨਵਰੀ ਇਨਟੇਕ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਓਮ ਗਲੋਬਲ ਕਾਲ ਕਰੋ 92161 92167 ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ ਜਨਵਰੀ ਇਨਟੇਕ। ਧੰਨਵਾਦ।